ਕ੍ਰਿਕਟ ਪ੍ਰੇਮੀਆ ਨੂੰ ਖਬਰ ਦੱਸਾਂਗੇ ਵੱਡੀ ਜਿੱਤ ਦੀ ਵੱਡੀ ਖਬਰ ਹੈ 2011 ਤੋਂ ਬਾਅਦ ਕ੍ਰਿਕਟ ਪ੍ਰੇਮੀਆ ਦੀਆਂ ਅੱਖਾਂ ਤਰਸ ਗਈਆਂ ਸੀ ਕਿ ਕੋਹਲੀ ਜਾਂ ਰੋਹਿਤ ਵਿਸ਼ਵ ਕੱਪ ਦੀ ਟਰੋਫੀ ਚੁੱਕਣ ਤੇ ਭਾਰਤ ਵਾਸੀਆਂ ਦੇ ਨਾਲ ਕ੍ਰਿਕਟ ਟੀਮ ਦਾ ਵੀ 13 ਸਾਲ ਦਾ ਲੰਮਾ ਇੰਤਜ਼ਾਰ ਖਤਮ ਹੋ ਗਿਆ ਰੋਹਿਤ ਦੀ ਟੀਮ ਨੇ ਸਾਊਥ ਅਫਰੀਕਾ ਨੂੰ T20 ਵਿਸ਼ਵ ਕੱਪ ਦੇ ਵਿੱਚ ਹਰਾ ਦਿੱਤਾ ਭਾਰਤ 17 ਸਾਲਾਂ ਬਾਅਦ ਮੁੜ ਵਿਸ਼ਵ ਚੈਂਪੀਅਨ ਬਣਿਆ ਹੈ ਖਿਤਾਬੀ ਮੁਕਾਬਲੇ ਦੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਵਿਰਾਟ ਕੋਹਲੀ ਦੀਆਂ 76 ਦੌੜਾਂ ਤੋਂ ਬਾਅਦ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ, ਜਸਪ੍ਰਿਤ ਬੋਂਬਰਾ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ 17 ਸਾਲਾਂ ਬਾਅਦ ਭਾਰਤ ਇੱਕ ਵਾਰ ਫਿਰ T20 ਕ੍ਰਿਕਟ ਵਿਸ਼ਵ ਕੱਪ ਆਪਣੇ ਨਾਮ ਕਰ ਗਿਆ ਹੈ ਤੇ ਅਸੀਂ ਸਾਰੇ ਕ੍ਰਿਕਟ ਪ੍ਰੇਮੀ ਸਣੇ ਸਾਰੇ ਭਾਰਤ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਹਾਂ ਭਾਰਤੀ ਟੀਮ ਨੇ ਪਹਿਲਾ ਸਾਲ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਦੇ ਵਿੱਚ ਪਹਿਲੀ ਵਾਰੀ T20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ 2013 ਦੇ ਵਿੱਚ ਚੈਂਪੀਅਨ ਟਰੋਫੀ ਜਿੱਤਣ ਤੋਂ ਬਾਅਦ 11 ਸਾਲਾਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ICC ਖਿਤਾਬ ਹੈ ਪੂਰੇ ਵਿਸ਼ਵ ਕੱਪ ਦੇ ਵਿੱਚ ਜੰਮ ਕੇ ਬੱਲੇਬਾਜ਼ੀ ਕਰ ਰਹੇ ਰੋਹਿਤ ਫਾਈਨਲ ਦੇ ਵਿੱਚ ਚੱਲੇ ਹੀ ਨਹੀਂ ਪਰ ਕੋਲ ਯੜ ਗਏ 76 ਰਨ ਬਣਾਏ ਅਕਸ਼ਰ ਤੇ ਸ਼ਿਵਮ ਨੇ ਵੀ ਪੂਰਾ ਜ਼ੋਰ ਲਾਇਆ 177 ਦੌੜਾਂ ਦਾ ਟਾਰਗੇਟ ਦਿੱਤਾ ਸਾਊਥ ਅਫਰੀਕਾ ਬੱਲੇਬਾਜ਼ੀ ਲਈ ਉਤਰੀ 14 ਓਵਰਾਂ ਤੱਕ ਉਨ੍ਹਾਂ ਦੇ ਬੱਲੇਬਾਜ਼ ਤੇਜ਼ੀ ਨਾਲ ਜਿੱਤ ਵੱਲ ਵਧ ਰਹੇ ਸਨ ਇਸ ਤੋਂ ਬਾਅਦ ਜਸਪ੍ਰਿਤ ਬੁਮਰਾ ਹਾਰਦਿਕ ਪਾਂਡਿਆ ਗੇਂਦਬਾਜ਼ੀ ਲਈ ਪਰਤੇ ਤੇ ਇੰਡੀਆ ਦੀ ਮੈਚ ਵਿੱਚ ਵਾਪਸੀ ਹੋਈ ਬੁਮਰਾ ਨੂੰ ਮੈਨ ਆਫ ਦਾ ਟੂਰਨਾਮੈਂਟ ਐਲਾਨਿਆ ਗਿਆ ਜਿਸ ਨੇ ਪੂਰੇ ਟੂਰਨਾਮੈਂਟ ਦੇ 8 ਮੈਚਾਂ ਦੇ ਵਿੱਚ 15 ਵਿਕਟਾਂ ਲਾਈਆਂ ਫਾਈਨਲ ਦੇ ਵਿੱਚ ਉਸਨੇ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ ਮੈਨ ਆਫ ਦਾ ਮੈਚ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਚੁਣਿਆ ਗਿਆ ਹਾਲਾਂਕਿ ਕੁਝ ਮਾਹਿਰਾਂ ਦੇ ਵੱਲੋਂ ਕੋਹਲੀ ਦੀ ਧੀਮੀ ਬੱਲੇਬਾਜ਼ੀ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਪਰ ਉਸਨੇ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦੇਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੂਰਜ ਕੁਮਾਰ ਯਾਦਵ ਦੌੜਾਂ ਨਹੀਂ ਬਣਾ ਪਾਏ ਸੀ ਪਰ ਇੱਕ ਕੈਚ ਨਾਲ ਮੈਚ ਪਲਟ ਗਿਆ ਆਖਰੀ ਓਵਰ ਤੱਕ ਇੰਡੀਆ ਟੀਮ ਲੜਦੀ ਰਹੀ ਤੇ ਜਿੱਤ ਹਾਸਲ ਕਰ ਲਈ 177 ਦੌੜਾਂ ਚੇਸ ਕਰ ਰਹੀ ਸਾਊਥ ਅਫਰੀਕਾ ਨੂੰ ਭਾਰਤੀਆਂ ਨੇ 169 ਦੌੜਾਂ ਤੇ ਰੋਕ ਦਿੱਤਾ ਮੁਕਾਬਲਾ ਭਾਵੇਂ ਜ਼ਬਰਦਸਤ ਸੀ ਪਰ ਫਿਰ ਵੀ ਭਾਰਤ ਨੇ ਇਹ ਮੈਚ ਜਿੱਤ ਹੀ ਲਿਆ। ਅਰਸ਼ਦੀਪ ਸਿੰਘ ਨੇ 4 ਓਵਰਾਂ ਦੇ ਵਿੱਚ ਮਹਿਜ਼ 20 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਮੈਚ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਰੱਖ ਸਕੇ। ਖੁਸ਼ੀ ਦੇ ਵਿੱਚ ਜ਼ਮੀਨ ਤੇ ਹੱਥ ਮਾਰਨ ਲੱਗੇ ਵਿਰਾਟ ਦੇ ਗਲੇ ਲੱਗ ਕੇ ਰੋਏ ਹਾਰਦਿਕ ਪਾਂਡਿਆ ਨੂੰ ਗਲੇ ਲਾ ਲਿਆ। ਮੈਚ ਦੇ ਦੌਰਾਨ ਹੋਰ ਵੀ ਕਈ ਪਲ ਸਨ ਜਿਹੜੇ ਯਾਦਗਾਰ ਬਣ ਗਏ। ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ BCCI ਦੇ ਸਕਤਰ ਜੈਸ਼ਾ ਨੇ ਬਿਆਨ ਦਿੱਤਾ ਸੀ ਕਿ T20 ਵਿਸ਼ਵ ਕੱਪ ਵਿੱਚ ਅਸੀਂ ਰੋਹਿਤ ਦੀ ਕਪਤਾਨੀ ਵਿੱਚ ਬਾਰ-ਬਾਰ ਡੋਸ ਵਿੱਚ ਭਾਰਤ ਦਾ ਝੰਡਾ ਗੱਡਾਂਗੇ ਤੇ ਮੈਚ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਨੇ ਅਜਿਹਾ ਹੀ ਕੀਤਾ ਜੈਸ਼ਾ ਦੀ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ ਇਸ ਮੂਮੈਂਟ ਤੇ ਜੈਸ਼ਾ ਵੀ ਮੌਜੂਦ ਸਨ ਜਦੋਂ ਰੋਹਿਤ ਨੇ ਝੰਡਾ ਗੱਡਿਆ ਮੈਚ ਤੋਂ ਬਾਅਦ ਮੈਦਾਨ ਦੇ ਵਿੱਚ ਹੀ ਪੂਰੀ ਟੀਮ ਜੰਮ ਕੇ ਨੱਚੀ ਅਰਸ਼ਦੀਪ ਸਿੰਘ ਅਤੇ ਵਿਰਾਟ ਕੋਹਲੀ ਨੇ ਭੰਗੜੇ ਪਾਏ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਸੰਨਿਆਸ ਦਾ ਵੀ ਐਲਾਨ ਕਰ ਦਿੱਤਾ ਵਿਰਾਟ ਨੇ ਕਿਹਾ ਭਾਰਤ ਲਈ ਇਹ ਮੇਰਾ ਆਖਰੀ T20 ਮੈਚ ਸੀ ਅਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਸੀ ਜੇ ਅਸੀਂ ਹਾਰ ਵੀ ਜਾਂਦੇ ਤਾਂ ਵੀ ਮੈਂ ਸੰਨਿਆਸ ਦਾ ਐਲਾਨ ਕਰ ਦੇਣਾ ਸੀ ਹੁਣ ਖੇਡ ਨੂੰ ਅੱਗੇ ਵਧਾਉਣ ਦੀ ਵਾਰੀ ਅਗਲੀ ਪੀੜ੍ਹੀ ਦੀ ਹੈ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨੂੰ ਵੀਡੀਓ ਕਾਲ ਕੀਤੀ ਅਤੇ ਕਾਫੀ ਸਮਾਂ ਗੱਲਬਾਤ ਕਰਦੇ ਰਹੇ ਵਧਾਈਆਂ ਲੈਂਦੇ ਤੇ ਦਿੰਦੇ ਰਹੇ ਜਿਵੇਂ ਹੀ 20ਵਾਂ ਓਵਰ ਖਤਮ ਹੋਇਆ ਟੀਮ ਇੰਡੀਆ ਜਸ਼ਨ ਮਨਾਉਣ ਲੱਗੀ ਚੰਦ ਭਲਾਂ ਦੇ ਵਿੱਚ ਕੋਚ ਟੀਮ ਦਾ ਸਟਾਫ ਮੈਦਾਨ ਦੇ ਵਿੱਚ ਚਲੇ ਗਏ ਹਰ ਕਿਸੇ ਨੇ ਇੱਕ ਦੂਸਰੇ ਨੂੰ ਵਧਾਈ ਦਿੱਤੀ ਮੋਹ ਸਿਰਾਜ ਫਾਈਨਲ ਮੈਚ ਨਹੀਂ ਖੇਡੇ ਉਹਨਾਂ ਨੇ ਸਿਰਫ ਅਮਰੀਕਾ ਵਿੱਚ ਹੋਈ ਮੈਚਾਂ ਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਸੀ ਪਰ ਜਿੱਤ ਤੋਂ ਬਾਅਦ ਜਿਵੇਂ ਹੀ ਪੱਤਰਕਾਰਾਂ ਨੇ ਇੰਟਰਵਿਊ ਲਿਆ ਸਿਰਾਜ ਰੋਪੇ ਟੀਮ ਇੰਡੀਆ ਦੇ ਵਿਸ਼ਵ ਚੈਂਪੀਅਨ ਬਣਤੇ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਹਰਿਆਣਾ ਪੰਜਾਬ ਚੰਡੀਗੜ੍ਹ ਦੇ ਵਿੱਚ ਜਸ਼ਨ ਅੰਮ੍ਰਾਲਾ ਦੇ ਵਿੱਚ ਜੀਸੀਪੀ ਤੇ ਚੜ ਕੇ ਕ੍ਰਿਕਟ ਪ੍ਰੇਮੀਆਂ ਨੇ ਡਾਂਸ ਕੀਤਾ ਲੁਧਿਆਣਾ ਵਿੱਚ ਸੜਕਾਂ ਤੇ ਰਾਤ ਨੂੰ ਭੰਗੜੇ ਪਏ ਸ਼ਿਮਲਾ ਦੇ ਵਿੱਚ ਆਤਿਸ਼ਬਾਜ਼ੀ ਹੋਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਟੀਮ ਨੂੰ ਜਿੱਤਣ ਦੀ ਵਧਾਈ ਦਿੱਤੀ ਹੈ ਟੀਮ ਇੰਡੀਆ ਕੋ ਇਸ ਭਵਯ ਵਿਜੇ ਕੇ ਲਿए ਸਭੀ ਦੇਸ਼ ਵਾਸੀਓਂ ਕੀ ਤਰਫ ਸੇ बहुत बहुत बधाई आज 140 करोड़ देशवासी आपके इस शानदार प्रदर्शन के लिए गर्व अनुभव कर रहे हैं खेल के मैदान में आपने वर्ल्ड कप जीता लेकिन हिंदुस्तान के हर गांव गली मोहल्ले में आपने कोटि कोटी, -कोटी देशवासियों का दिल जीत लिया आपने शानदार विजय प्राप्त की है मेरी तरफ से मैं आपको बहुत बहुत बधाई देता हूं बहुत बहुत शुभकामनाएं देता कांग्रेस लीडर लोकसभा विरोधी धरते लीडर राहुल गांधी ने भी ਪੂਰੀ ਇੰਡੀਆ ਟੀਮ ਨੂੰ ਵਿਸ਼ਵ ਕੱਪ ਜਿੱਤਣ ਦੀਆਂ ਵਧਾਈਆਂ ਦਿੱਤੀਆਂ ਅਤੇ ਵਿਰਾਟ ਨੂੰ ਖਾਸ ਤੌਰ ਤੇ ਵਧਾਈਆਂ ਦਿੱਤੀਆਂ। ਰਾਹੁਲ ਨੇ ਕਿਹਾ ਵਿਰਾਟ ਤੁਹਾਡਾ T20 ਕੈਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਹੈ। ਮੈਂ ਤੁਹਾਡੀ ਖੇਡ ਨੂੰ ਸਲਾਮ ਕਰਦਾ ਹਾਂ। ਵਿਸ਼ਵ ਕੱਪ ਭਾਵੇਂ ਭਾਰਤ ਨੇ ਜਿੱਤ ਲਿਆ ਪਰ ਪਹਿਲੀ ਵਾਰੀ ਫਾਈਨਲ ਦੇ ਵਿੱਚ ਪਹੁੰਚੀ ਦੱਖਣੀ ਅਫਰੀਕਾ ਦੀ ਟੀਮ ਵੀ ਕੋਈ ਘੱਟ ਵਧਾਈ ਦੀ ਹੱਕਦਾਰ ਨਹੀਂ ਹੈ ਜਿਸ ਨੇ ਅਖੀਰਲੇ ਓਵਰ ਤੱਕ ਭਾਰਤ ਨੂੰ ਸਖਤ ਮੁਕਾਬਲਾ ਦਿੱਤਾ, ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ।